ਦਿੱਲੀ ਦੀ ਸੰਗਤ ਨੇ ਮਨ ਬਣਾ ਲਿਆ ਬਾਦਲਾ ਨੂੰ ਦਿੱਲੀ ਤੋਂ ਭਜਾਣ ਦਾ ਔਰ ਗੁਰੂ ਮਹਾਰਾਜ ਕਿਰਪਾ ਕਰਨਗੇ ਆਉਣ ਵਾਲੀ 22 ਤਰੀਕ ਨੂੰ ਜੋ ਚੋਣਾਂ ਹੋਣ ਜਾ ਰਹੀਆਂ ਨੇ ਜੋ ਵੋਟਾਂ ਪੈਣਗੀਆਂ ਉਹ ਬਾਦਲਾ ਦੇ ਖਿਲਾਫ ਪੈਣਗੀਆਂ ਫਤਵਾ ਹੋਏਗਾ ਬਾਦਲਾ ਦੇ ਖਿਲਾਫ ਬਾਦਲ ਸਾਹਿਬ ਦਾ ਜੋ ਵਿਰਸਾ ਹੈ ਉਹ ਤੁਸੀਂ ਸਾਰੇ ਭਲੀ ਭਰਕਾਰ ਮੇਰੇ ਤੋਂ ਜ਼ਿਆਦਾ ਜਾਣੂ ਹੋ ਕਿ ਆਪਾਂ ਕਹਿ ਤਾਂ ਦਿੰਦੇ ਆ ਕਿ ਉਹਨਾਂ ਨੂੰ ਫਕਰੇ ਕੌਮ ਮਿਲਿਆ ਪਰ ਉਸ ਫਕਰੇ ਕੌਮ ਨੇ ਕੀ ਕੌਮ ਵਾਸਤੇ ਕੀਤਾ ਇਹ ਸਭ ਨੂੰ ਪਤਾ ਹੈ ਕੋਮ ਦੀ ਤਬਾਹੀ ਕੀਤੀ ਹੈ ਕੋਮ ਦਾ ਨਾਸ ਕੀਤਾ ਕੋਮ ਦਾ ਵਿੜਾ ਕਰ ਕੀਤਾ ਵਾਰ ਦੇ ਵਿੱਚ ਜਾ ਰਹੇ ਹਾਂ ਤੁਹਾਨੂੰ ਰਿਸਪੌਂਸ ਮਿਲ ਰਿਹਾ ਕਿਉਂਕਿ ਲਗਾਤਾਰ ਵਿਰੋਧੀ ਇਹ ਗੱਲ ਕਹਿ ਰਹੇ ਨੇ ਤੁਸੀਂ ਜਿਹੜਾ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਦਾ ਜਿੱਤ ਨਹੀਂ ਸਕੇ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਕਿਵੇਂ ਜਿੱਤਦੇ ਹੋਗੇ ਦਿੱਲੀ ਗੁਰਦੁਆਰਾ ਕਮੇਟੀ ਚੋਣ ਕਰਦੇ ਆ ਤੇ ਉਹਨੂੰ ਕਦੇ ਵੀ ਲੋਕਲ ਗੁਰਦੁਆਰੇ ਨਾਲ ਨਹੀਂ ਕੰਪੇਅਰ ਕਰ ਸਕਦੇ ਤੁਸੀਂ ਪਰਚਿਆਂ ਦੀ ਗੱਲ ਕੀਤੀ ਹੈ ਅੰਥੇ ਫਿਰ ਜੀਕੇ ਸਾਹਿਬ ਤੋਂ ਹੀ ਬਹੁਤ ਪਰਚੇ ਸਾਹਮਣੇ ਕਹਿੰਦਾ ਹੈ ਇਨਕੁਆਰੀ ਚੱਲ ਰਹੀ ਹੈ ਇਹ ਤਾਂ ਸਿਰਫ ਇੱਕ ਮੈਨਿਪੂਲੇਸ਼ਨ ਸੀ ਇੱਕ ਕਰੈਕਟਰ ਅਸੈਸਿਨੇਸ਼ਨ ਦੀ ਇੱਕ ਮੈਂ ਕਹਿੰਦਾ ਚਰਿੱਤਰ ਤੇ ਲਾਂਚ ਲਾਉਣ ਦੀ ਕੋਸ਼ਿਸ਼ ਸੀ ਜੋ ਨਾਪਾਕ ਸੀ ਔਰ ਉਹ ਨਾਬਰਦਾਸ ਸੀ ਔਰ ਹੁਣ ਜਿਹੜੀ ਹੈ ਸਾਬਤ ਹੋਣ ਜਾ ਰਹੀ ਹੈ ਦਿੱਲੀ ਦੀ ਸੰਗਤ ਦੀ ਕਚਹਿਰੀ ਦੇ ਵਿੱਚ ਸਰਦਾਰ ਮਨਜੀਤ ਸਿੰਘ ਜੀ ਕੇ ਦੁਬਾਰਾ ਪ੍ਰਧਾਨ ਬਣਨ ਜਾ ਰਹੇ ਨੇ ਦਿੱਲੀ ਸਿੱਖ ਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਚੜ੍ਹਦੀ ਕਲਾ ਟਾਈਮ ਟੇਬ ਦੀ ਟੀਮ ਜਿਹੜੀ ਹੈ ਦਿੱਲੀ ਦੇ ਵਿੱਚ ਖਾਸ ਤੌਰ ਤੇ ਹਰ ਵਾਰਡ ਦੇ ਵਿੱਚ ਜਾ ਕੇ ਕਵਰੇਜ ਕਰ ਰਹੀ ਹੈ ਅਤੇ ਲੋਕਾਂ ਨੂੰ ਲੋਕਾਂ ਦੇ ਥਿਊਜ਼ ਲੈ ਰਹੀ ਹੈ ਤੇ ਕੈਂਡੀਡੇਟਾਂ ਨਾਲ ਗੱਲਬਾਤ ਕਰ ਰਹੀ ਹੈ ਵੀ ਜਿਹੜੇ ਉਹਨਾਂ ਵੱਲੋਂ ਸੇਵਾ ਦੇ ਕੰਮ ਕਰਵਾਏਗੇ ਨੇ ਵਾਕਈ ਉਹ ਸੇਵਾ ਦੇ ਕੰਮ ਹੋਏ ਨੇ ਜਾਂ ਫਿਰ ਸਿਰਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅਸੀਂ ਅੱਜ ਜਾਗੋ ਪਾਰਟੀ ਦੇ ਉਮੀਦਵਾਰ ਕੋਲ ਪਹੁੰਚੇ ਹਾਂ ਸੋ ਕਿ ਸਾਡਾ ਮਕਸਦ ਸਿਰਫ ਇੱਕ ਪਾਰਟੀ ਦੇ ਨਾਲ ਗੱਲਬਾਤ ਕਰਾਉਣਾ ਨਹੀਂ ਸਾਡਾ ਮਕਸਦ ਸਾਰੀਆਂ ਪਾਰਟੀਆਂ ਦੇ ਨਾਲ ਜਿਹੜਾ ਗੱਲਬਾਤ ਕਰਾਉਣਾ ਹੈ ਤੇ ਲੋਕਾਂ ਦੇ ਵਿਚਾਰ ਵੀ ਸੁਣਨੇ ਨੇ ਤੇ ਲੋਕੀ ਚਾਹੁੰਦੇ ਨੇ ਤੇ ਬਦਲਾਹ ਚਾਹੁੰਦੇ ਨੇ ਜਾਂ ਫਿਰ ਉਹ ਪੁਰਾਣਾ ਕੈਂਡੀਡੇਟ ਜਿਹੜਾ ਹੈ ਉਹਦੀ ਸੇਵਾ ਜਿਹੜਾ ਮਨਜ਼ੂਰ ਕਰਨਾ ਚਾਹੁੰਦੇ ਨੇ ਅਸੀਂ ਗੱਲਬਾਤ ਕਰਦੇ ਆ ਪਰਮਿੰਦਰ ਪਾਲ ਸਿੰਘ ਜੀ ਦੇ ਨਾਲ ਸੋ ਉਹ ਵੀ ਆਪਣੇ ਜਾਗੋ ਪਾਰਟੀ ਤੋਂ ਉਮੀਦਵਾਰ ਵਜੋਂ ਜਿਹੜਾ ਖੜੇ ਹੋਏ ਨੇ ਦੇਖਦੇ ਆ ਵੀ ਕਿੱਦਾਂ ਦੇ ਮੁੱਦੇ ਲੈ ਕੇ ਜਾ ਕਿੱਦਾਂ ਦੀ ਸੇਵਾ ਲੈ ਕੇ ਉਹ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਵਾਰਡ ਦੇ ਵਿੱਚ ਵਿਚਰ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਸਵਾਲ ਮੇਰਾ ਤੁਸੀਂ ਸੁਣੀ ਲਿਆਉਣਾ ਵੀ ਮੈਂ ਕੀ ਕਹਿਣਾ ਚਾਹੁੰਦਾ ਤੇ ਕਿੱਦਾਂ ਤੁਸੀਂ ਜਾ ਰਹੇ ਹੋ ਕੀ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਰਿਸਪੌਂਸ ਹੈ ਕਾਰਨ ਹੈ ਕਿ ਜੋ ਦਿੱਲੀ ਦੀ ਸੰਗਤ ਨੇ ਮਨ ਬਣਾ ਲਿਆ ਬਾਦਲਾ ਨੂੰ ਦਿੱਲੀ ਤੋਂ ਭਜਾਣ ਦਾ ਔਰ ਗੁਰੂ ਮਹਾਰਾਜ ਕਿਰਪਾ ਕਰਨਗੇ ਆਉਣ ਵਾਲੀ 22 ਤਰੀਕ ਨੂੰ ਜੋ ਚੋਣਾਂ ਹੋਣ ਜਾ ਰਹੀਆਂ ਨੇ ਜੋ ਵੋਟਾਂ ਪੈਣਗੀਆਂ ਉਹ ਬਾਦਲਾ ਦੇ ਖਿਲਾਫ ਪੈਣਗੀਆਂ ਫਤਵਾ ਹੋਏਗਾ ਬਾਦਲਾ ਦੇ ਖਿਲਾਫ ਕਿਉਂਕਿ ਜਿਸ ਤਰੀਕੇ ਨਾਲ ਬਾਦਲਾ ਦੇ ਥਾਪੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਿਛਲੇ 2 ਸਾਲ ਦੇ ਦੌਰਾਨ ਸਿੱਖ ਸਿਧਾਂਤਾਂ ਨੂੰ ਸਿੱਖ ਰਿਵਾਇਤਾਂ ਨੂੰ ਜੋ ਠੋਏਸ ਪਹੁੰਚਾਈ ਹੈ ਔਰ ਜਿਸ ਤਰੀਕੇ ਨਾਲ ਸਿਰਸਾ ਨੇ ਆਪਣੀ ਮਨਮਰਜ਼ੀ ਕਰਦੇ ਹੋਏ ਜੋ ਹੁਣ ਤਾਈਆਂ ਕੀਤੀਆਂ ਨੇ ਆ ਜੋ ਚੋਣਵੀ ਮੁੱਦਾ ਨੇ ਕੁਝ ਸਮੇਂ ਪਹਿਲੇ ਦੀ ਗੱਲ ਹੈ ਜਦੋਂ ਸਰਦਾਰ ਮਨਜੀਤ ਸਿੰਘ ਜੀ ਕੇ ਪਾਰਟੀ ਦੇ ਵੀ ਪ੍ਰਧਾਨ ਸੀ ਕਮੇਟੀ ਦੇ ਵੀ ਪ੍ਰਧਾਨ ਸੀ ਉਹਨਾਂ ਦੇ 6 ਸਾਲ ਦੇ ਕਾਰਜਕਾਲ ਦੇ ਦੌਰਾਨ ਜੋ ਕਾਰਜ ਹੋਏ ਔਰ ਜਿਸ ਤਰੀਕੇ ਨਾਲ ਉਹਨਾਂ ਨੂੰ ਇੱਕ ਤਰੀਕੇ ਨਾਲ ਸਾਜ਼ਿਸ਼ ਕਰਕੇ ਬਦਨਾਮ ਕਰਕੇ ਕਮੇਟੀ ਚ ਉਹਨਾਂ ਨੂੰ ਅਸਤੀਫਾ ਦੇ ਕੇ ਮਜਬੂਰਨ ਨਿਕਲਣਾ ਪਿਆ ਅੱਜ ਦਿੱਲੀ ਦੀ ਸੰਗਤ ਦੁਬਾਰਾ ਮਨਜੀਤ ਸਿੰਘ ਜੀ ਕੇ ਨੂੰ ਲਿਆਉਣ ਦਾ ਮੂਡ ਬਣਾ ਚੁੱਕੀ ਹੈ ਔਰ ਦਾ ਸਭ ਤੋਂ ਵੱਡਾ ਕਾਰਨ ਹੈਗਾ ਕਿ ਸੰਗਤ ਨੂੰ ਇਸ ਗੱਲ ਦਾ ਪਤਾ ਚੱਲ ਗਿਆ ਕਿ 2.5 ਸਾਲ ਪਹਿਲੇ ਜੋ ਇਲਜ਼ਾਮ ਸਰਮੰਜੀਤ ਸਿੰਘ ਜੀ ਕੇ ਤੇ ਲਗਾਏ ਗਏ ਸੀ ਉਹ ਕੋਰਟ ਦੇ ਵਿੱਚ ਕੋਈ ਵੀ ਇਲਜ਼ਾਮ ਸਾਬਤ ਨਹੀਂ ਹੋਇਆ ਹੈ ਔਰ ਨਾ ਹੀ ਹੋਣ ਦੀ ਉਮੀਦ ਹੈ ਉਹ ਸਭ ਤੱਥਾਂ ਤੋਂ ਉਲਟ ਔਰ ਝੂਠ ਦੇ ਆਧਾਰ ਤੇ ਉਹ ਐਲਾਨ ਸੀ ਇਹੀ ਕਾਰਨ ਹੈ ਕਿ ਜੋ ਡੈਲੌਇਟ ਕੰਪਨੀ ਦੀ ਜੋ ਮੰਨੀ ਪ੍ਰਮਾਨੀ ਇੱਕ ਵਰਲਡ ਦੀ ਆਡਿਟ ਕੰਪਨੀ ਹੈ ਉਹਦੇ ਵੱਲੋਂ ਜੋ ਸਿਰਸਾ ਸਾਹਿਬ ਨੇ ਡੈਲੌਇਟ ਵੱਲੋਂ ਆਡਿਟ ਕਰਾ ਕੇ ਸਦਾਰ ਮਨਜੀਤ ਸਿੰਘ ਜੀ ਦੇ ਕਥਤ ਕਪਲਿਆਂ ਨੂੰ ਬਾਹਰ ਕੱਢਣ ਦਾ ਦਾਵਾ ਕੀਤਾ ਸੀ ਅੱਜ ਹਾਈ ਕੋਰਟ ਦੀ ਮੈਦਾਨ ਹੁਣੇ ਦੀ ਥੋੜੀ ਦੇਰ ਪਹਿਲੇ ਦੀ ਪ੍ਰੋਸੀਡਿੰਗ ਜੋ ਹੋਈ ਹੈ ਉਹਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਵੀ ਕਹਿ ਰਹੀ ਹੈ ਕਿ ਅਸੀਂ ਕੋਈ ਆਡਿਟ ਨਹੀਂ ਕਰਾਇਆ ਡੈਲੌਇਟ ਕੰਪਨੀ ਵੀ ਕਹਿ ਰਹੀ ਹੈ ਜਦੋਂ ਕਿ ਕੁਝ ਦਿਨ ਪਹਿਲੇ ਤੱਕ ਕਮੇਟੀ ਦੇ ਜਨਸਕੱਤਰ ਹਰਮਿਤ ਸਿੰਘ ਕਾਲਕਾ ਇਹ ਦਾਵਾ ਕਰ ਰਹੇ ਸੀ ਕਿ ਸਾਡੇ ਕੋਲ ਡੈਲੌਇਟ ਕੰਪਨੀ ਦੀ ਰਿਪੋਰਟ ਆ ਗਈ ਹੈ ਪਰ ਅ ਸਰ ਮਜੀਤ ਸਿੰਘ ਜੀ ਕੇ ਆਪਣੇ ਫੇਵਰ ਦੇ ਵਿੱਚ ਮੈਨੀਪੂਲੇਸ਼ਨ ਕਰ ਸਕਦੇ ਨੇ ਕੋਰਟ ਦੇ ਵਿੱਚ ਤੇ ਇਹ ਸਾਫ ਹੋ ਗਿਆ ਕਿ ਮਨਜੀਤ ਸਿੰਘ ਜੀ ਕੇ ਦੇ ਖਿਲਾਫ ਇਹਨਾਂ ਦੇ ਕੋਲ ਕੋਈ ਸਬੂਤ ਨਹੀਂ ਹੈ ਕੋਈ ਤੱਤ ਨਹੀਂ ਹੈ ਜਿਸ ਡੈਲੌਇਡ ਦਾ ਰੋਲਾ ਪਾਇਆ ਜਾ ਰਸੀਆ ਜੋ ਡੈਲੌਇਡ ਵੀ ਫਸਬਮ ਨਿਕਲਿਆ ਜੇ ਤੁਸੀਂ ਲਗਾਤਾਰ ਆਪਾ ਦੇਖ ਰਹੇ ਹੋ ਤੁਹਾਡੇ ਕੋਲੋ ਜਿਹੜਾ ਫਲੈਕਸਰ ਵਿੱਚ ਪਾਈਆਂ ਗਿਆ ਨੇ ਹੋਰ ਪਾਰਟੀਆਂ ਕੋਲ ਵਿੱਚ ਪਾਇਆ ਗਿਆ ਨੇ ਸ਼ਰੋਮਣੀ ਅਕਾਲੀ ਦਲ ਪਰ ਬਾਦਲ ਸਾਹਿਬ ਦੀ ਕਿਤਨਾ ਕਿ ਤੇੜੀਆ ਫੋਟੋ ਨਹੀਂ ਨਜ਼ਰ ਆ ਰਹੀ ਉਹਨਾਂ ਦੇ ਪਰਿਵਾਰ ਦੀ ਕੋਈ ਫੋਟੋ ਨਹੀਂ ਨਜ਼ਰ ਆ ਰਹੀ ਕੀ ਨਾਂਜ਼ੂਸੀ ਕੀਤਾ ਜਾ ਰਿਹਾ ਹੈ ਜਾਫਰ ਇਲੈਕਸ਼ਨ ਦੇ ਦੌਰਾਨ ਜਿਹੜਾ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਕੀ ਸਮਝਦੇ ਉਸਨੂੰ ਦੇਖੋ ਬਾਦਲ ਸਾਹਿਬ ਦਾ ਜੋ ਵਿਰਸਾ ਹੈ ਉਹ ਤੁਸੀਂ ਸਾਰੇ ਭਲੀ ਭਰਕਾਰ ਮੇਰੇ ਤੋਂ ਜ਼ਿਆਦਾ ਜਾਣੂ ਹੋ ਕਿ ਆਪਾਂ ਕਹਿ ਦਿੰਦੇ ਆ ਕਿ ਉਹਨਾਂ ਨੂੰ ਫਕਰੇ ਕੌਮ ਮਿਲਿਆ ਪਰ ਉਸ ਫਕਰੇ ਕੌਮ ਨੇ ਕੀ ਕੌਮ ਵਾਸਤੇ ਕੀਤਾ ਇਹ ਕਿਸੇ ਨੂੰ ਪਤਾ ਹੈ ਕੌਮ ਦੀ ਤਬਾਹੀ ਕੀਤੀ ਹੈ ਕੌਮ ਦਾ ਨਾਸ ਕੀਤਾ ਹੈ ਕੌਮ ਦਾ ਵਿੜਾਗਰਕ ਕੀਤਾ ਹੈ ਦੂਜੇ ਪਾਸੇ ਸਾਡੀ ਵਿਰਾਸਤ ਹੈ ਜਥੇਦਾਰ ਸੰਤੋਖ ਸਿੰਘ ਦੀ ਪਾਰਟੀ ਆ ਸੀ ਜਥੇਦਾਰ ਸੰਤੋਖ ਸਿੰਘ ਦੀ ਪਾਰਟੀ ਹੋਣ ਦੇ ਨਾਤੇ ਅਸੀਂ ਉਹਨਾਂ ਦੇ ਸਾਡੇ ਕੋਲਾਂ ਦੀ ਵਿਰਾਸਤ ਹੈ ਜਥੇਦਾਰ ਸੰਤੋਖ ਸਿੰਘ ਉਹ ਸ਼ਖਸ ਸਨ ਜਿਨ੍ਹਾਂ ਨੂੰ ਇੰਦਰਾ ਗਾਂਧੀ ਨੇ ਖੁਦ ਗੋਲੀ ਮਰਵਾਈ ਸੀ ਔਰ ਇਸ ਕਰਕੇ ਮਰਵਾਈ ਸੀ ਕਿਉਂਕਿ ਜਥੇਦਾਰ ਸਾਹਿਬ ਨੇ ਅ ਅਕਾਲ ਤਖਤ ਸਾਹਿਬ ਦੇ ਬਰਾਬਰ ਆਪਣਾ ਪੈਰਲਰ ਤਖਤ ਗੁਰਦੁਆਰਾ ਸ਼ਿਸ਼ਕਨ ਸਾਹਿਬ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਇਹ ਖੁਲਾਸਾ ਹੋਣੇ ਹੋਇਆ ਹੈ ਉਰੇ ਕਿਤਾਬ ਆਈ ਹੈ ਡਾਕਟਰ ਸੰਗਤ ਸਿੰਘ ਦੀ ਜਿਸ ਦੇ ਵਿੱਚ ਸਾਫ਼ ਤੌਰ ਤੇ ਦੱਸਿਆ ਕਿ ਇੰਦਰਾ ਗਾਂਧੀ ਜੱਥੇਦਾਰ ਸੰਤੋਖ ਸਿੰਘ ਤੋਂ ਪਰੇਸ਼ਾਨ ਸਨ ਔਰ ਇਸ ਕਰਕੇ ਉਹਨਾਂ ਨੇ ਇੰਦਰਾ ਗਾਂਧੀ ਨੇ ਜੋ ਹੈ ਜੱਥੇਦਾਰ ਸੰਤੋਖ ਸਿੰਘ ਦਾ ਕਤਲ ਕਰਵਾਇਆ ਔਰ ਜਿੱਥੇ ਗੋਲੀ ਚੱਲੀ ਉਹ ਦਿੱਲੀ ਪੁਲਿਸ ਦੇ ਪੀਐਸਓ ਵੱਲੋਂ ਚਲਾਈ ਗਈ ਸੀ ਜਿਹਦੇ ਨਾਲ ਉਹ ਜਿਹੜੇ ਉਹਨਾਂ ਦੇ ਸਾਹਮਣੇ ਜਿਹਨਾਂ ਲੜਾਈ ਦਰਸਾਈ ਗਈ ਜਿਹੜੇ ਮੈਂਬਰ ਸੀ ਦੂਜੇ ਦਿੱਲੀ ਕਮੇਟੀ ਦੇ ਸੰਧੂ ਔਰ ਜਥੇਦਾਰ ਸੰਤੋਖ ਸਿੰਘ ਉਹਦੀ ਬਲੈਸਟਿਕ ਰਿਪੋਰਟ ਜੋ ਜੋ ਵੈਪਨ ਦੀ ਚੈੱਕ ਹੋਈ ਤੇ ਬਲੈਸਟਿਕ ਰਿਪੋਰਟ ਤੇ ਸਾਬਤ ਹੋਇਆ ਕਿ ਦੋਨੋਂ ਗੋਲੀਆਂ ਉਸੇ ਸਰਕਾਰੀ ਰਾਈਫਲ ਤੋਂ ਚੱਲੀਆਂ ਸਨ ਜਿਹਦੇ ਨਾਲ ਦੋਨੋਂ ਨੂੰ ਮਾਰਿਆ ਗਿਆ ਉਹ ਬਿਲਕੁਲ ਤੱਤ ਸਾਫ਼ ਨੇ ਇੱਕ ਪਾਸੇ ਉਹ ਪਾਰਟੀ ਹੈ ਜਿਹਦੇ ਕੋਲ ਜਥੇਦਾਰ ਸੰਤੋਖ ਸਿੰਘ ਦੀ ਵਿਰਾਸਤ ਹੈ ਜਿਸਨੇ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਬਰਕਰਾਰ ਰੱਖਣ ਵਾਸਤੇ ਸਿੱਖ ਪਰੰਪਰਾਵਾਂ ਦੀ ਬਹਾਲੀ ਵਾਸਤੇ ਆਪਣੀ ਜਾਨ ਦਿੱਤੀ ਆਪਣੀ ਸ਼ਹਾਦਤ ਦਿੱਤੀ ਔਰ ਇੱਕ ਪਾਸੇ ਬਾਦਲਾ ਦਾ ਉਹ ਟੱਬਰ ਹੈ ਜਿਸਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੀ ਨਿੱਜੀ ਮਫਾਦਾ ਲਈ ਆਪਣੀ ਸਿਆਸੀ ਚੌਧਰ ਲਈ ਔਰ ਆਪਣੀ ਜ਼ਗੀਰਦਾਰੀ ਕਾਇਮ ਕਰਨ ਲਈ ਵਰਤਿਆ ਔਰ ਡੇਰਿਆਂ ਨੂੰ ਉੱਥੇ ਮਾਫੀ ਦਿੱਤੀ ਗਈ ਡੇਰਿਆਂ ਨੂੰ ਡੇਰਿਆਂ ਵਾਸਤੇ ਉੱਥੇ ਪਰਪੰਚ ਰਚੇ ਗਏ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਗਾਇਬ ਸਰੂਪ ਨੇ 328 ਉਸ ਦੇ ਵਾਸਤੇ ਦੋਸ਼ੀਆਂ ਨੂੰ ਬਚਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕੀਤੀ ਗਈ ਇਸ ਵਾਸਤੇ ਦਿੱਲੀ ਦੀ ਸੰਗਤ ਫੈਸਲਾ ਕਰੇਗੀ ਕਿ ਇੱਕ ਉਹ ਯੋਧਾ ਜਥੇਦਾਰ ਸੰਤੋਖ ਸਿੰਘ ਜਿਸ ਨੇ ਮੁਲਕ ਦੀ ਪ੍ਰਧਾਨ ਮੰਤਰੀ ਦੇ ਨਾਪਾਕ ਇਰਾਦਿਆਂ ਨੂੰ ਨਾ ਮਨਜ਼ੂਰ ਕਰਦੇ ਹੋਏ ਗੋਲੀ ਖਾਣਾ ਮਨਜ਼ੂਰ ਕੀਤਾ ਲੇਕਿਨ ਸਿੱਖ ਸਿਧਾਂਤਾਂ ਸੇਕ ਪਰੰਪਰਾਵਾਂ ਔਰ ਅਕਾਲ ਤਖ਼ਤ ਸਾਹਿਬ ਤੋਂ ਪਿੱਠ ਨਹੀਂ ਵਿਖਾਈ ਔਰ ਇੱਕ ਪਾਸੇ ਉਹ ਐਕਟਬਰ ਹੈ ਜਿਸਨੇ ਅਕਾਲ ਤਖਤ ਸਭ ਨੂੰ ਢਾਟੇਰੀ ਕਰਨ ਵਾਲਿਆਂ ਦਾ ਸਾਥ ਦਿੱਤਾ ਔਰ ਉਹਨਾਂ ਲੋਕਾਂ ਦੀ ਪੁਸਤਪਨਾਈ ਕੀਤੀ ਜਿਹੜੇ ਲੋਕ ਸਿੱਖ ਰਵਾਇਤਾਂ ਦਾ ਪਾਲਣ ਕਰਨ ਤੋਂ ਗੁਰੇਜ਼ ਕਰਨ ਵਾਲੇ ਸੀ ਨਹੀਂ ਅਕਾਲੀ ਦਲ ਦੀ ਗੱਲ ਕੀਤੀ ਹੈ ਹੁਣ ਤੁਸੀਂ ਜਿਹੜਾ ਬੋਲ ਰਹੇ 6 ਸਾਲ ਦਾ ਬਾਅਦ ਸਮਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਬਾਲ ਦੇ ਵਿੱਚ ਵੀ ਰਹੇ ਹੋ ਉਸ ਸਮੇਂ ਕਿਉਂ ਨਹੀਂ ਬੋਲੇ ਕਿ ਹੁਣ ਹੁਣ ਤੁਸੀਂ ਜਿਹੜਾ ਬੋਲ ਰਹੇ ਹੋ ਹੁਣ ਤੁਸੀਂ ਜਿਹੜਾ ਆਪਣੀ ਸਾਡੀ ਜਿਹੜਾ ਗੱਲਬਾਤ ਕਰ ਰਹੇ ਹੋ ਕਿ ਉਸ ਟਾਈਮ ਤੁਹਾਡੇ ਕੋਲ ਕੀ ਨਾਮ ਬੰਦੀ ਸੀ ਜਾਂ ਫਿਰ ਡਰਦੇ ਸੀ ਕੀ ਕਾਰਨ ਸੀ ਇਹ ਦੇਖੋ ਜਦੋਂ ਸਰਦਾਰ ਮਨਜੀਤ ਸਿੰਘ ਜੀ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਦਿੱਲੀ ਗੁਰਦੁਆਰਾ ਪਰਿਵਾਰ ਦੇ ਪ੍ਰਭਾਵ ਦੇ ਵਿੱਚ ਕੰਮ ਨਹੀਂ ਕੀਤਾ ਅਸੀਂ ਉਹ ਫੈਸਲੇ ਲਏ ਜੋ ਫੈਸਲੇ ਪੰਥ ਵਾਸਤੇ ਜ਼ਰੂਰੀ ਸੀ ਜੇਕਰ ਡੇਰੇ ਤੋਂ ਮਾਫੀ ਦਿੱਤੀ ਗਈ ਰਕਾਲਤ ਕਸਾਬ ਤੋਂ ਤਾਂ ਇੱਕ ਵਾਹਿਦ ਦਿੱਲੀ ਕਮੇਟੀ ਦਾ ਪ੍ਰਧਾਨ ਸੀ ਅਕਾਲੀ ਦਿਲ ਦਾ ਜਿਹੜਾ ਬੰਦਾ ਸੀ ਜਿਸ ਨੇ ਵਿਰੋਧ ਕੀਤਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ 95 ਲੱਖ ਦੇ ਇਸ਼ਤਿਹਾਰ ਦਿੱਤੇ ਉਸ ਮਾਫੀ ਨੂੰ ਜਾਇਜ਼ ਠਹਿਣ ਵਾਸਤੇ ਅਖਬਾਰਾਂ ਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਨ ਤੋਂ ਅਸੀਂ ਮਨਾ ਕਰਤਾ ਕਿ ਅਸੀਂ ਕੋਈ ਇਸ ਤਰ੍ਹਾਂ ਦਾ ਇਸ਼ਤਿਹਾਰ ਨਹੀਂ ਦੇਵਾਂਗੇ ਅਸੀਂ ਜਦੋਂ ਗੁਰੂਗ੍ਰੰਥ ਸਾਹਿਬ ਦੀ 2015 ਵਿੱਚ ਬੇਅਦਬੀ ਹੋਈ ਚਾਹੇ ਉਹ ਬਾਬਲ ਕਲਾ ਗੋਲੀ ਚੱਲੀ ਅਸੀਂ ਹਰ ਮੁੱਦੇ ਤੇ ਬੋਲੇ ਚਾਹੇ ਸਰਕਾਰ ਅਕਾਲੀ ਜਲਦੀ ਸੀ ਉੱਥੇ ਇਹੀ ਕਾਰਨ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਹਿਣਾ ਪਿਆ ਜਦੋਂ ਪ੍ਰਚਾਰ ਚੱਲਦਾ ਸੀ 2017 ਦੇ ਵਿੱਚ ਔਰ ਮਨਜੀਤ ਸਿੰਘ ਜੀਕੇ ਨੇ ਜਦੋਂ ਭਟਿੰਡੇ ਦੇ ਵਿੱਚ ਪ੍ਰੈਸ ਕਲਾਵੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੀ ਇਹ ਡੇਰੇ ਤੇ ਵੋਟ ਮੰਗਣ ਵਾਸਤੇ ਅਕਾਲੀਮੇ ਦੁਆਰਾ ਨਹੀਂ ਜਾਣਾ ਚਾਹੀਦਾ ਤਾਂ ਸੁਖਬੀਰ ਸਿੰਘ ਬਾਦਲ ਨੇ ਮਨਜੀਤ ਸਿੰਘ ਜੀਕੇ ਨੂੰ ਕਿਹਾ ਕਿ ਤੁਸੀਂ ਵਾਪਸ ਚਲੇ ਜਾਓ ਤੁਸੀਂ ਇ ਮਤਲਬ ਸਾਜ਼ੀ ਤਾਂ ਪਾਰਟੀ ਦੇ ਅੰਦਰ ਰਹਿ ਕੇ ਵੀ ਸਹੀ ਨੂੰ ਸਹੀ ਕਿਆ ਗਲਤ ਨੂੰ ਗਲਤ ਕਿਆ ਹੈ ਇਹੀ ਕਾਰਨ ਸੀ ਕਿ ਸਾਜਸ਼ਾ ਕੀਤੀਆਂ ਗਈਆਂ ਔਰ ਸਾਜਸ਼ਾ ਕਰਕੇ ਸਰਮਨਜੀਤ ਸਿੰਘ ਜੀ ਕੇ ਨੂੰ ਬਦਨਾਮ ਕੀਤਾ ਹੋਇਆ ਅੱਜ ਇਹਨਾਂ ਦਾ ਡੈਲੋਇਟ ਦਾ ਬੋਮੀ ਫਸ ਹੋ ਗਿਆ ਇਹਨਾਂ ਦੀਆਂ ਕੋਰਟ ਦੇ ਵਿੱਚ ਇੱਕ ਤਰੀਕ ਤਕ ਜਿਹੜੀ ਤਕਰੀਰਾਂ ਦੇ ਰਹੇ ਸੀ ਉਹ ਵੀ ਫਲਾਪ ਹੋ ਗਈਆਂ ਔਰ ਅੱਜ ਦਿੱਲੀ ਦੇ ਸੰਗਤ ਮੋੜ ਮਨਜੀਤ ਸਿੰਘ ਜੀ ਕੇ ਨੂੰ ਚੁਣਨ ਜਾ ਰਹੀ ਹੈ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ ਇਸ ਗੱਲ ਦਾ ਜਾ ਰਹੇ ਹਾਂ ਵਾਰਡ ਦੇ ਵਿੱਚ ਜਾ ਰਹੇ ਹਾਂ ਤੁਹਾਨੂੰ ਰਿਸਪੌਂਸ ਮਿਲ ਰਿਹਾ ਕਿਉਂਕਿ ਲਗਾਤਾਰ ਵਿਰੋਧੀ ਇਹ ਗੱਲ ਕਹਿ ਰਹੇ ਨੇ ਤੁਸੀਂ ਜਿਹੜਾ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਦਾ ਜਿੱਤ ਨਹੀਂ ਸਕੇ ਤੇ ਦਿੱਲੀ ਗੁਰਦ ਦੇਖੋ ਗੱਲ ਇਹ ਹੈਗੀ ਹੈ ਕਿ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਚੋਣਾਂ ਹੁੰਦੀਆਂ ਨੇ ਉਹ ਸਾਡੇ ਉਮੀਦਵਾਰ ਲੜਦੇ ਨੇ ਔਰ ਉਹ ਹਾਲਾਤਾਂ ਦੇ ਹਿਸਾਬ ਨਾਲ ਮੁੱਦਿਆਂ ਦੇ ਹਿਸਾਬ ਨਾਲ ਸਮੇਂ-ਸਮੇਂ ਤੇ ਦੇਖ ਕੇ ਕੀਤੇ ਜਾਂਦੇ ਨੇ ਔਰ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਦੀ ਚੋਣਾਂ ਹੁੰਦੀਆਂ ਨੇ ਨਾ ਉਹ ਇੱਕ ਵੱਡੇ ਇਸ਼ੂ ਨੂੰ ਲੈ ਕੇ ਵੱਡੇ ਬ੍ਰਾਡ ਏਰੀਆ ਨੂੰ ਲੈ ਕੇ ਹੁੰਦੀਆਂ ਨੇ ਇਸ ਕਰਕੇ ਜਦੋਂ ਅਸੀਂ ਦਿੱਲੀ ਗੁਰਦੁਆਰਾ ਕਮੇਟੀ ਚੋਣ ਕਰਦੇ ਹਾਂ ਤੇ ਉਹਨੂੰ ਕਦੇ ਵੀ ਲੋਕਲ ਗੁਰਦੁਆਰੇ ਨਾਲ ਨਹੀਂ ਕੰਪੇਅਰ ਕਰ ਸਕਦੇ ਹੁਣ ਜੋ ਕੋਰੋਨਾ ਕਾਲ ਦੇ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਨੂੰ ਜੋ ਮਾਹੌਲ ਬਣਾਉਣਾ ਚਾਹੀਦਾ ਸੀ ਜੋ ਕਾਰਜ ਕਰਨੇ ਚਾਹੀਦੇ ਸੀ ਉਹਦੇ ਚ ਫਲਾਪ ਰਹੇ ਨੇ ਔਰ ਉਹਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਅਸੀਂ ਜੋ ਗੁਰਨਾਨਕ ਸਾਹਿਬ ਨੇ ਸਿਧਾਂਤ ਦਿੱਤਾ ਘਰ ਘਰ ਅੰਦਰ ਧਰਮਸਾਲ ਦਾ ਨਾ ਤਾਂ ਅਸੀਂ ਕੀਰਤੀ ਸਿੰਘ ਤੇ ਕੋਈ ਸੇਵਾ ਪਹੁੰਚਾ ਸਕੇ ਨਾ ਅਸੀਂ ਨੌਕਰੀ ਪੇਸ਼ਾ ਲੋਕਾਂ ਤੱਕ ਕੋਈ ਅਸੀਂ ਸੇਵ ਸਹਾਇਤਾ ਪਹੁੰਚਾ ਸਕੇ ਦਿੱਲੀ ਕਮੇਟੀ ਵੱਲੋਂ ਨਾ ਅਸੀਂ ਗਰੀਬ ਬੱਚਿਆਂ ਦੀ ਫੀਸ ਮਾਫੀ ਕਰ ਸਕੇ ਨਾ ਅਸੀਂ ਜਿਹੜੇ ਲੋੜਵੰਦ ਪਰਿਵਾਰ ਸੀ ਉਹਨਾਂ ਤੱਕ ਰਾਸ਼ਨ ਔਰ ਰਸਦ ਪਹੁੰਚਾ ਪਏ ਅਸੀਂ ਰੋਡ ਤੇ ਖੜੇ ਹੋ ਕੇ ਲੋਕਾਂ ਨੂੰ ਬੇਮਤਲਬ ਦਾ ਲੰਗਰ ਵੰਡਿਆ ਉਹ ਲੰਗਰ ਦੇ ਵੰਡ ਕੇ ਉਹਦੀ ਸਿਰਫ ਵੀਡੀਓ ਪਾਈਆਂ ਫੋਟੋਆਂ ਪਾਈਆਂ ਹੋਰ ਕੁਝ ਨਹੀਂ ਕੀਤਾ ਜਿਹੜੀ ਜ਼ਰੂਰਤਮੰਦ ਸਿਕ ਸੀ ਉਹਨਾਂ ਤੱਕ ਪਹੁੰਚ ਨਹੀਂ ਹੋਈ ਘਰ ਘਰ ਅੰਦਰ ਧਰਮਸਾਲ ਦੇ ਸਿਧਾਂਤ ਤੇ ਪੈਰਾਂ ਨੇ ਦਿੱਤਾ ਗਿਆ ਹਵਾ-ਹਵਾਈ ਗੱਲਾਂ ਹੋਈਆਂ ਇਹੀ ਕਾਰਨ ਹੈ ਕਿ ਅੱਜ ਦਿੱਲੀ ਦੀ ਜੋ ਸੰਗਤ ਹੈ ਜੋ ਦਿੱਲੀ ਦਾ ਇੱਕ ਆਮ ਸਿੱਖ ਹੈ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦਾ ਮਨਜਿੰਦਰ ਸਿੰਘ ਸਿਰਸਾ ਦੇ ਰਾਜ ਦੇ ਵਿੱਚ ਔਰ ਉਸ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਰਦਾਰ ਮਨਜੀਤ ਸਿੰਘ ਜੀ ਕੇ ਨੂੰ ਗਲਤ ਨਾਲ ਧੋਖੇ ਨਾਲ ਸਾਜ਼ਿਸ਼ ਨਾਲ ਬਾਹਰ ਭੇਜਿਆ ਗਿਆ ਲੇਕਿਨ ਅੱਜ ਮਨਜਿੰਦਰ ਸਿੰਘ ਸਿਰਸਾ ਦੇ ਦੋ ਐਫ ਆਈ ਆਰ ਨੇ ਇੱਕ ਐਲ ਓ ਸੀ ਖੁੱਲ ਚੁੱਕੀ ਹੈ ਝੂਠ ਤੋਂ ਝੂਠ ਔਰ ਝੂਠ ਨਾਲ ਦੇ ਪੱਲੇ ਹੈ ਇਸ ਤੇ ਇਲਾਵਾ ਕੁਝ ਨਹੀਂ ਹੈ ਔਰ ਝੂਠ ਦੀ ਜਿਹੜੀ ਤੁਸੀਂ ਪਰਚ ਤੁਸੀਂ ਪਰਚਿਆਂ ਦੀ ਗੱਲ ਕੀਤੀ ਹੈ ਐਂ ਤਾਂ ਫਿਰ ਜੀ ਕੇ ਸਾਹਿਬ ਤੋਂ ਹੀ ਬਹੁਤ ਪਰਚੇ ਸਾਹਿਬ ਕਹਿੰਦਾ ਇਨਕੁਆਇਰੀ ਚੱਲ ਰਹੀ ਹੈ ਹਾਲੇ ਕਹਿ ਰਹੇ ਆ ਜੀ ਦੋ ਉਹਨਾਂ ਤੇ ਐਫ ਆਈ ਆਰ ਹੈਗੀਆਂ एफआईआर ਦੇ ਵਿੱਚ ਕਲੋਜ਼ਰ ਫਾਈਲ ਹੋ ਚੁੱਕੀ ਹੈ ਹੁਣ ਜੋ ਕੰਪਲੇਨੈਂਟ ਹੈ ਉਹਨੇ ਕਲੋਜ਼ਰ ਨੂੰ ਚੈਲੰਜ ਕੀਤਾ ਕਾਨੂੰਨ ਦੀ ਪ੍ਰਕਿਰਿਆ 84 ਦੇ ਕੇਸ ਹੁਣ ਜਾ ਕੇ ਸੱਜਨ ਕੁਮਾਰ ਨੂੰ ਅਸੀਂ 37 ਸਾਲ ਬਾਅਦ ਅੰਦਰ ਭੇਜ ਪਾਏ ਸੀ ਇਹ ਕਾਨੂੰਨੀ ਪ੍ਰਕਿਰਿਆ ਕਈ ਸਾਲ ਚੱਲਦੀ ਰਹਿੰਦੀ ਹੈ ਇੱਕ ਕੋਰਟ ਤੋਂ ਦੂਜੀ ਕੋਰਟ ਦੂਸਰੀ ਕੋਰਟ ਤੋਂ ਤੀਸਰੀ ਕੋਰਟ ਚੱਲਦੀ ਰਹਿੰਦੀ ਹੈ ਪਰ ਸਬੂਤ ਕੁਝ ਵੀ ਨਹੀਂ ਹੈ ਸਾਬਤ ਹੋਏਗਾ ਤਾਂ ਜੋ ਕੋ ਸਬੂਤ ਹੋਣਗੇ ਉਹ ਸਾਰੀਆਂ ਜਿੰਨੇ ਵੀ આરોਪ ਨੇ ਮੈਂ ਤੁਹਾਨੂੰ ਦੱਸਦਾ ਇੱਕ ਜੋ ਜੋ ਸਾਡੇ ਰਿਕਾਰਡ ਦੇ ਵਿੱਚ ਐਂਟਰੀਆਂ ਨੇ ਉਹਨਾਂ ਰਿਕਾਰਡ ਦੀਆਂ ਐਂਟਰੀਆਂ ਨੂੰ ਹੀ ਖਦਸਾ ਬਣਾ ਕੇ ਪੇਸ਼ ਕੀਤਾ ਗਿਆ ਉਸ ਤੋਂ ਇਲਾਵਾ ਕੋਈ આરોਪ ਨਹੀਂ ਹੈ ਜੇਕਰ ਅਕਾਊਂਟ ਦੇ ਵਿੱਚ 51 ਲੱਖ ਰੁਪਏ ਆਇਆ ਤੇ ਇਹ ਕਹਿੰਦੇ ਨਹੀਂ ਆਇਆ ਜੀ ਉੱਥੇ ਕ੍ਰੈਡਿਟ ਹੋਇਆ ਤੇ ਕਿਵੇਂ ਨਹੀਂ ਹੋਇਆ ਤੇ ਇਹ ਤਾਂ ਸਿਰਫ ਇੱਕ ਮੈਨਿਪੂਲੇਸ਼ਨ ਸੀ ਇੱਕ ਕਰੈਕਟਰ ਅਸੈਸੀਨੇਸ਼ਨ ਦੀ ਇੱਕ ਮੈਂ ਕਹਿੰਦਾ ਚਰਿੱਤਰ ਤੇ ਲਾਂਚ ਲਾਉਣ ਦੀ ਕੋਸ਼ਿਸ਼ ਸੀ ਜੋ ਨਾਪਾਕ ਸੀ ਔਰ ਉਹ ਨਾਬਰਦਾਸ ਸੀ ਔਰ ਉਹਨੂੰ ਜਿਹੜੀ ਹੈ ਸਾਬਤ ਹੋਣ ਜਾ ਰਹੀ ਹੈ ਦਿੱਲੀ ਦੀ ਸੰਗਤ ਦੀ ਕਚਹਿਰੀ ਦੇ ਵਿੱਚ ਸਰਦਾਰ ਮਨਜੀਤ ਸਿੰਘ ਜੀ ਕੇ ਦੁਬਾਰਾ ਪ੍ਰਧਾਨ ਬਣਨ ਜਾ ਰਹੇ ਨੇ ਗੁਰੂ ਮਹਾਰਾਜ ਕਿਰਪਾ ਨਾਲਗੇ ਹੋਰ ਆਉਣ ਵਾਲੀ 25 ਦਿਨਾਂ ਨੂੰ ਜਾਗੋ ਪਾਰਟੀ 25 ਵਸ ਸੀਟਾਂ ਜਿੱਤ ਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਵਾਪਸ ਆਏਗੀ। ਸਵਾਲ ਹੈ ਜਾਗੋ ਪਾਰਟੀ ਆ ਜਾਂਦੀ ਹੈ ਦਿੱਲੀ ਕਮੇਟੀ ਦੇ ਵਿੱਚ ਉਹਨਾਂ ਦਾ ਕਬਜ਼ਾ ਹੋ ਜਾਂਦਾ ਤੁਸੀਂ ਸੇਵਾ ਕਰਨ ਲਈ ਮਨਜ਼ੂਰ ਹੋ ਜਾਂਦੇ ਹੋ ਸੰਗਤਾ ਪ੍ਰਵਾਨ ਕਰ ਲੈਂਦੀਆਂ ਨੇ ਅ ਜੇ ਕਿਹੜੇ ਕਾਰਜਾਂ ਲਈ ਤੁਸੀਂ ਕਰੋਗੇ ਦੇਖੋ ਸਾਡੇ ਵਾਸਤੇ ਸਭ ਤੋਂ ਜ਼ਰੂਰੀ ਜਿਹੜੀ ਕਾਰਜ ਹੈਗਾ ਉਹ ਹੈਗਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਔਰ ਬਾਲਾ ਸਾਹ ਹਸਪਤਾਲ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਦੋਂ ਅਸੀਂ ਛੱਡ ਕੇ 2018 ਦੇ ਵਿੱਚ ਬਾਹਰ ਆਏ ਸੀ ਅਸੀਂ 19000 ਬੱਚਾ ਸਕੂਲਾਂ ਵਿੱਚ ਛੱਡ ਕੇ ਆਏ ਸੀ ਅੱਜ ਕਰੀਬਨ 12000 ਬੱਚਾ ਰਹਿ ਗਿਆ ਸਾਡੇ 7000 ਬੱਚਾ ਸਿਰਸਾ ਸਾਧ ਦੇ ਪ੍ਰਬੰਧ ਦੇ ਅੰਡਰ ਚੱਲਾ ਗਿਆ ਸਕੂਲ ਛੱਡ ਗਏ ਅੱਜ ਸਾਡੇ ਸਕੂਲ ਸਾਡੇ 4 ਕਰੋੜ ਰੁਪਏ ਮਹੀਨੇ ਦੇ ਘਾਟੇ ਦੇ ਵਿੱਚ ਨੇ 15 ਲੱਖ ਰੁਪਏ ਰੋਜ਼ਾਨਾ ਦਾ ਘਟਾ ਹੈ ਤੇ ਇਸ ਵਾਸਤੇ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਨਾ ਇਹ ਸਾਰੀਆਂ ਗੱਲਾਂ ਨੂੰ ਬਚਾਣ ਦੀ ਲੋੜ ਹੈ ਇਸ ਜੱਥੇਦਾਰ ਸੰਤੋਖ ਸਿੰਘ ਨੇ ਇਸ ਫਲਵਾੜੀ ਦੀ ਸ਼ੁਰੂਆਤ ਕੀਤੀ ਸੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਔਰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਫਲਵਾੜੀ ਨੂੰ ਬਚਾਣ ਵਾਸਤੇ ਔਰ ਜੋ ਜਗਾ ਜ਼ਮੀਨਾਂ ਉਹਨਾਂ ਨੇ ਬਾਲਾ ਸਬ ਹਸਪਤਾਲ ਵਾਸਤੇ ਲਈਆਂ ਸੀ ਅੱਜ ਮਜ਼ਾਕ ਬਣਾਇਆ ਜਾ ਰਿਹਾ ਦੋ ਕਮਰੇ ਬਣਾ ਕੇ ਲੋਕਾਂ ਨੂੰ ਬੇਵਕੂ ਬਣਾਇਆ ਜਾ ਰਿਹਾ ਉਹ ਪੁਰਾਣੀ ਬਿਲਡਿੰਗ ਅੱਜ ਵੀ ਖੰਡਰ ਖੜੀ ਹੈ ਕੋਈ ਉਹਦੀ ਪਰਮਿਸ਼ਨ ਨਹੀਂ 30 31 ਪਰਮਿਸ਼ਨਾਂ ਚਾਹੀਦੀਆਂ ਕੁਝ ਨਹੀਂ ਹੈ ਸਿਰਫ ਬੇਵਕੂ ਬਣਾਇਆ ਜਾ ਰਿਹਾ ਜਿਹੜਾ ਕੋਵਿਡ ਸੈਂਟਰ ਕਾਪਗਨ ਸਾਹਿਬ ਖੋਲਿਆ ਉੱਥੇ ਗਾਣੇ ਚਲਾ ਕੇ ਉੱਥੇ ਬੇਰੁਮਤੀ ਕੀਤੀ ਗਈ ਔਰ ਉੱਥੇ ਅੱਜ ਤੱਕ ਜਥੇਦਾਰ ਸਾਹਿਬ ਨੇ ਕਾਰਵਾਈ ਨਹੀਂ ਕੀਤੀ ਅਕਾਲ ਤਖਤ ਸਾਹਿਬ ਨੇ ਨਾਨਕਮਤੀ ਕਾਰਵਾਈ ਕਰ ਲਈ ਪਰ ਇੱਥੇ ਜੋ ਗੁਰਮਰਿਆਦਾ ਦੀ ਉਲੰਘਣਾ ਹੋਈ ਜੋ ਸਿੱਧਿਸਥਾਨ ਤੇ ਗ ਤੇ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਢਾਲ ਬਣ ਕੇ ਖੜਾ ਹੈ ਸ਼੍ਰੋਮਣੀ ਕਾਲੇ ਦਲ ਦੇ ਅੱਗੇ ਇਹ ਵੀ ਚੋਣ ਦਾ ਮੁੱਦਾ ਹੈ ਔਰ ਗੁਰੂ ਮਹਾਰਾਜ ਕਿਰਪਾ ਕਰੇਗਾ ਸੰਗਤਾਂ ਨੂੰ ਸਮਝ ਆ ਰਿਹਾ ਸਭ ਕੁਝ ਔਰ ਅਕਾਲੀ ਦਲ ਨੂੰ ਲੋਕੀ ਚਿੰਮਟੇ ਨਾਲ ਵਿੱਚ ਹੁਣਾ ਪਰਮਾਨ ਨਹੀਂ ਕਰਨਗੇ ਨਾ ਚੋਣਾਂ ਦੇ ਵਿੱਚ ਜੋ ਇਹਨਾਂ ਨੇ ਕੀਤਾ ਹੈ ਸ ਬਿਲਕੁਲ ਇਹ ਸੰ ਪ੍ਰਵਿੰਦਰ ਪਾਲ ਸੀ ਜਿਨ੍ਹਾਂ ਨੇ ਖਾਸ ਤੌਰ ਤੇ ਕਿਹਾ ਕਿ 22 ਤਰੀਕ ਤੋਂ ਬਾਅਦ ਜਿਹੜਾ ਸੰਗਤਾਂ ਫੈਸਲਾ ਕਰਨਗੇ ਜੋ 25 ਤਰੀਕ ਨੂੰ ਰਿਜ਼ਲਟ ਆਣਾ ਨਿੱਕੀ ਦੇ ਸਿਰ ਤੇ ਜਿਹੜਾ ਸੇਵਾ ਦਾ ਜਿਹੜਾ ਮੌਕਾ ਮਿਲਦਾ ਤਾਂ ਸਰਦਾ ਇਹ 25 ਤਰੀਕ ਨੂੰ ਪਤਾ ਲੱਗੇਗਾ ਕਿਉਂਕਿ ਸਾਡਾ ਇੱਕ ਮਕਸਦ ਹੈ ਜਿਹੜਾ ਹਰ ਪਾਰਟੀ ਦੇ ਨਾਲ ਜਿਹੜਾ ਤੁਹਾਨੂੰ ਗੱਲਬਾਤ ਕਰਾਉਣੀ ਤੇ ਉਹਨਾਂ ਵੱਲੋਂ ਜਿਹੜਾ ਕੀ ਜਿਹੜਾ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਤੇ ਲੋਕ ਜਿਹੜਾ ਉਹਨੂੰ ਸੇਵਾ ਦਾ ਮੌਕਾ ਦੇਣ ਸੰਗਤ ਜਿਹੜੀ ਹੈ ਉਹਨਾਂ ਨੂੰ ਸੇਵਾ ਦਾ ਮੌਕਾ ਦਵੇ ਦਿੱਲੀ ਤੋਂ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ